ਗੁਰਦਾਸਪੁਰ ਦੇ ਪਿੰਡ ਫਜ਼ੂਪੁਰ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਖੇਤਾਂ ਵਿੱਚ ਸਵੇਰੇ ਸਵੇਰੇ ਦੋ ਲਾਸ਼ਾਂ ਦੇਖੀਆਂ ਗਈਆਂ। ਦੋਵੇਂ ਮ੍ਰਿਤਕ ਦੀ ਉਮਰ ਕਰੀਬ 40 ਸਾਲ ਦੱਸੀ ਜਾ ਰਹੀ ਹੈ। ਦੋਵੇਂ ਮ੍ਰਿਤਕ ਪਿੰਡ ਲੇਹਲ ਦੇ ਰਹਿਣ ਵਾਲੇ ਹਨ। ਇਤਲਾਹ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਜਾਂਚ ਵਿੱਚ ਜੁਟੀ। ਦੱਸਿਆ ਜਾ ਰਿਹਾ ਹੈ ਦੋਵੇਂ ਮਰਨ ਵਾਲਿਆਂ ਦਾ ਕਤਲ ਪਿੰਡ ਫਜ਼ੂਪੁਰ ਦੇ ਸ਼ਮਸ਼ਾਨ ਘਾਟ ਵਿੱਚ ਸਿਰ ਉੱਤੇ ਗਮਲੇ ਮਾਰ ਕੇ ਕੀਤਾ ਗਿਆ ਅਤੇ ਬਾਅਦ ਵਿੱਚ ਲਾਸ਼ਾਂ ਨੂੰ ਪਿੰਡ ਦੇ ਖੇਤਾਂ ਵਿੱਚ ਸੁੱਟ ਦਿੱਤਾ ਗਿਆ। ਉੱਥੇ ਹੀ ਪਿੰਡ ਫਜ਼ੂਪੁਰ ਦੇ ਸਰਪੰਚ ਬਲਵਿੰਦਰ ਪਾਲ ਅਤੇ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਮ੍ਰਿਤਕ ਸ਼ਾਮ ਲਾਲ ਅਤੇ ਸਟੀਫਨ ਦੋਵੇਂ ਪਿੰਡ ਲੇਹਲ ਦੇ ਰਹਿਣ ਵਾਲੇ ਹਨ ਅਤੇ ਪਿੰਡ ਫਜ਼ੂਪੁਰ ਦੇ ਸ਼ਮਸ਼ਾਨ ਘਾਟ ਵਿੱਚ ਰਹਿੰਦੇ ਸਨ। ਪਿੰਡ ਵਿੱਚ ਮਿਹਨਤ ਮਜ਼ਦੂਰੀ ਕਰਦੇ ਸਨ ਅਤੇ ਸ਼ਰਾਬ ਪੀਣ ਦੇ ਆਦੀ ਸਨ ਅਤੇ ਅੱਜ ਸਵੇਰੇ ਸਵੇਰੇ ਸੂਚਨਾ ਮਿਲੀ ਕਿ ਦੋਨਾਂ ਦਾ ਕਤਲ ਹੋ ਗਿਆ ਹੈ। ਜਦ ਮੌਕੇ 'ਤੇ ਆ ਕੇ ਦੇਖਿਆ ਤਾਂ ਸ਼ਾਮ ਲਾਲ ਅਤੇ ਸਟੀਫਨ ਦੀਆਂ ਲਾਸ਼ਾਂ ਸ਼ਮਸ਼ਾਨ ਘਾਟ ਦੇ ਨਾਲ ਲੱਗਦੇ ਖੇਤਾਂ ਵਿੱਚ ਪਈਆਂ ਦੇਖੀਆਂ। ਸ਼ਮਸ਼ਾਨ ਘਾਟ ਵਿੱਚ ਦੇਖਣ ਤੋਂ ਪਤਾ ਲੱਗਿਆ ਸੀ ਕਿ ਜਿਵੇਂ ਇਹਨਾਂ ਨੂੰ ਇੱਥੇ ਕਤਲ ਕਰਕੇ ਦੋਨਾਂ ਦੀਆਂ ਲਾਸ਼ਾਂ ਨੂੰ ਕੜੀਸ ਕੇ ਖੇਤਾਂ ਵਿੱਚ ਸੁੱਟ ਦਿੱਤਾ ਹੋਵੇ। ਉਹਨਾਂ ਦੱਸਿਆ ਕਿ ਸ਼ਾਮ ਲਾਲ ਦੇ ਵਿੱਚ ਕੋਈ ਪਰਿਵਾਰਕ ਮੈਂਬਰ ਨਹੀਂ ਹੈ, ਲੇਕਿਨ ਮ੍ਰਿਤਕ ਸਟੀਫਨ ਦੇ ਪਰਿਵਾਰ ਵਿੱਚ ਕੇਵਲ ਉਸਦੀ ਬਜ਼ੁਰਗ ਮਾਂ ਹੀ ਹੈ ਜੋ ਗੁਰਦਾਸਪੁਰ ਰਹਿੰਦੀ ਹੈ। ਉਹਨਾਂ ਦਾ ਕਹਿਣਾ ਸੀ ਪੁਲਿਸ ਨੂੰ ਇਸ ਦੋਹਰੇ ਕਤਲ ਦੀ ਗੁੱਥੀ ਨੂੰ ਜਲਦ ਸੁਲਝਾ ਕੇ ਕਤਲ ਕਰਨ ਵਾਲੇ ਨੂੰ ਜਲਦ ਗ੍ਰਿਫਤਾਰ ਕਰਨਾ ਚਾਹੀਦਾ ਹੈ, ਕਿਉਂਕਿ ਪਿੰਡ ਵਿੱਚ ਜੋ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਹੈ ਉਸ ਨੂੰ ਖਤਮ ਕੀਤਾ ਜਾ ਸਕੇ। ਸ਼ਾਮ ਲਾਲ ਪੁੱਤਰ ਲਛਮਣ ਦਾਸ ਪਿੰਡ ਲੇਹਲ ਦਾ ਇੱਥੇ ਰਹਿੰਦਾ ਸੀ ਸਾਡੇ ਕੋਲ ਅਤੇ ਮਤਲਬ ਰਾਤ ਨੂੰ ਇੱਥੇ ਆ ਗਿਆ ਅਤੇ ਕਿਸੇ ਨਾਲ ਝਗੜਾ ਹੋ ਕੇ ਅਤੇ ਮੌਤ ਹੋ ਗਈ। ਇਹ ਦੋ ਜਣੇ ਆ, ਇੱਕ ਸਟੀਫਨ ਵਾ ਪੁੱਤਰ ਚਮਨ ਲਾਲ ਅਤੇ ਵਾਸੀ ਲੇਹਲ, ਦੂਸਰਾ ਚਮਨ ਲਾਲ ਸਟੀਫਨ ਪੁੱਤਰ ਚਮਨ ਲਾਲ ਲੇਹਲ ਦੇ ਹੀ ਆ। ਇਹਨਾਂ ਦੇ ਵਾਲੀਵਾਰ ਵਾਲੀਵਾਰ ਸੇ ਇਹਦੀ ਸਟੀਫਨ ਦੀ ਅਤੇ ਇੱਕ ਮਾਂ ਵਾ ਅਤੇ ਇਹਦਾ ਕੋਈ ਵੀ ਨਹੀਂ ਗਾ। ਸਾਢੇ 6 ਵਜੇ ਫੋਨ ਆਇਆ ਵਾ ਅਤੇ ਇੱਥੇ 6 ਪੂਰੀ ਸ਼ਮਸ਼ਾਨ ਘਰ 2 ਮਈ ਕਤਲ ਹੋ ਗਏ ਅਤੇ ਇੱਥੇ ਫਿਰ ਅਸੀਂ ਆਏ ਹਾਂ, ਵੇਖਿਆ ਵਾ ਦੋ ਜਣੇ ਉੱਥੇ ਪਏ ਦੇ ਝੋਨੇ ਦੇ ਵਿੱਚ ਦੋਨੋਂ ਲਾਸ਼ਾਂ, ਅਤੇ ਇੱਥੋਂ ਖਰੀਸ ਕੇ ਲੱਗਦਾ ਮੈਂ ਕਿ ਉਹਨਾਂ ਨੂੰ ਲੈ ਕੇ ਜਿਸਾ ਨਿਸ਼ਾਨ ਪਏ ਦੇ ਨੇ ਅਤੇ ਸਿਰ 'ਚ ਜਦੋਂ ਗਮਲੇ ਮਾਰੇ ਨਾ ਇਹ ਤਰ੍ਹਾਂ, ਅਤੇ ਲੇਹਲ ਤੋਂ ਇੱਕ ਕ੍ਰਿਸ਼ਨ ਮੁੰਡਾ ਵਾ ਅਤੇ ਇੱਕ ਇੱਥੇ ਜ਼ਿਮੀਂਦਾਰਾਂ ਕੋਲ ਕਿਸੇ ਕੋਲ ਕੰਮ ਕਰਦਾ, ਇੱਕ ਤਾਂ ਤੇ ਸਟੀਫਨ ਇੱਕ ਕ੍ਰਿਸ਼ਨ ਮੁੰਡਾ ਸ਼ਾਮ ਲਾਲ ਕੰਮ ਤੇ ਇੱਕ ਤੇ ਮੁੰਡਾ ਜਿਹੜਾ ਵਾ ਸਟੀਫਨ ਤੇ ਜਿਹੜਾ ਦੂਸਰਾ ਸੀ ਉਹ ਜ਼ਿਮੀਂਦਾਰਾਂ ਕੋਲ ਲੱਗਾ ਤਾ ਉਹਨਾਂ ਨੂੰ ਕੰਮ ਕਰਦਾ ਸੀ। ਘਰ ਨਸ਼ੇ ਨੁਸ਼ੇ ਵਾਲੇ ਲੱਗਦਾ ਮੈਂ ਕਿ ਨਸ਼ੇ ਨੁਸ਼ੇ ਕਰਦੇ ਹੀ ਹੈ, ਸ਼ਰਾਬ ਸ਼ੁਰੂ ਹੋ ਗਈ, ਸ਼ਰਾਬ ਵਾਲੇ ਜਾਂ ਦੂਜੇ ਨਸ਼ੇ ਵਾਲੇ ਨਹੀਂ ਹੈ। ਇਹ ਚਲੋ ਖੋਜ ਕਰਕੇ ਪਤਾ ਲੱਗਿਆ ਜਾਏ ਵੀ ਇਹ ਕਹਿੰਦਾ ਇੱਥੇ ਕੱਲ੍ਹ ਨੂੰ ਹੋਰ ਵੀ ਇੱਥੇ ਹੋ ਸਕਦੇ ਨੇ ਦਿਨੇ, ਮਤਲਬ ਕਿ ਇੱਥੇ ਲੋਕ ਬਹਿੰਦੇ ਨੇ ਹੋਰ ਦੁਨੀਆ ਪਬਲਿਕ ਵੀ ਅਤੇ ਕਿਸੇ ਦਾ ਵੀ ਕੰਮ ਗਲਤ ਹੋ ਸਕਦਾ ਹੁੰਦਾ ਹੈ। ਰੋਕਥਾਮ ਕੀਤੀ ਧਾਰੀਵਾਲ ਸ਼ਹਿਰ ਦੇ ਵਿੱਚ ਹੀ ਲੱਗਦੇ ਦੋ ਪਿੰਡ ਆ, ਫਜ਼ੂਪੁਰ ਅਤੇ ਆਪਣਾ ਲੇਹਲ। ਇਹ ਫਜ਼ੂਪੁਰ ਪਿੰਡ ਦੀਆਂ ਮੜੀਆਂ ਨੇ ਜਿੱਥੇ ਕਿ ਇਬਾਦਤ ਹੋਈ ਹੈ, ਜਿਹੜੀਆਂ ਬੋਡੀਆਂ ਮਿਲੀਆਂ ਨਾਲ ਜਿਹੜੀ ਝੋਨਾ ਆ ਇਹ ਲੇਹਲ ਪਿੰਡ 'ਚ ਪੈਂਦਾ। ਸੋ ਇਹ ਦੋ ਬੰਦੇ ਸੀਗੇ ਸ਼ਾਮ ਲਾਲ, ਇਹ ਜੋਗੀ ਪਿੱਛੋਂ ਕਹਿੰਦੇ ਸੀਗਾ, ਇਹਦੇ ਦੋ ਮਾਂ ਬਾਪ ਜਿਹੜੇ ਆ ਇਸੇ ਆ ਜਿਹੜੀ ਜਿੱਥੇ ਡੈਥ ਹੋਈ ਇਹਦੀ ਹੋਈ ਹੈ ਇਹਦੇ ਪਿੱਛੇ ਜਗ੍ਹਾ ਸੀ, ਉੱਥੇ ਰਹਿੰਦੇ ਸੀ 30-40 ਸਾਲ ਤੋਂ। ਉਹਨਾਂ ਤੋਂ ਉਹਦੀ ਡੈਥ ਹੋ ਚੁੱਕੀ ਹੈ, ਇਕੱਲਾ ਹੀ ਸੀਗਾ ਇੱਥੇ ਦਿਹਾੜੀ ਦੱਪਾ, ਜਿੱਥੇ ਮਿਲ ਗਿਆ ਕਰ ਲਿਆ ਅਤੇ ਇੱਥੇ ਹੀ ਸੁਣਦਾ ਸੀ। ਜਿਹੜਾ ਦੂਜਾ ਮੁੰਡਾ ਆ ਪੀਟਰ ਸਟੀਫਨ ਉਹ ਲੇਹਲ ਪਿੰਡ ਦਾ ਆ, ਉਹਦੇ ਵੀ ਪਰਿਵਾਰ 'ਚ ਇੱਕ ਸਿਰਫ ਹੁਣ ਬਜ਼ੁਰਗ ਮਾਤਾ ਇੱਕ ਬੱਚੀ ਹੈ ਜਿਹੜੀ ਹੈਂਡੀਕੈਪਡ ਹੈ। ਸੋ ਉਹ ਵੀ ਦਿਹਾੜੀ ਦੱਪਾ ਕਰਕੇ ਅਤੇ ਉੱਥੇ ਹੀ ਆ ਕੇ ਸੁਣਦੇ ਸੀਗੇ। ਇਹ ਤਕਰੀਬਨ ਇਹ ਆ ਵੀ ਥੋੜ੍ਹਾ ਸ਼ਰਾਬ ਸ਼ੂਬ ਪੀਂਦੇ ਆਦਿ ਮੁੰਡੇ ਹੈਗੇ ਸੀਗੇ ਅਤੇ ਇੱਥੇ ਕਿਤੇ ਰਾਤ ਸੁੱਤੇ ਆ ਕੇ। ਹੁਣ ਇਹ ਆਪਾਂ ਮੌਕਾ ਵੇਖ ਲਿਆ, ਡੋਗ ਸਕੁਆਡ ਫਿੰਗਰਪ੍ਰਿੰਟ ਵਾਲੇ ਡੀ ਐੱਸ ਪੀ ਕੁਲਵਿੰਦਰ ਕੁਮਾਰ, ਡੀ ਐੱਸ ਪੀ ਆਪਣਾ ਧਾਰੀਵਾਲ ਅਤੇ ਡੀ ਐੱਸ ਪੀ ਰਮੇਸ਼ ਕੱਕੜ, ਡੀ ਐੱਸ ਪੀ ਡੀ, ਬਾਕੀ ਇੰਸਪੈਕਟਰ ਸੀ, ਇਹ ਸਾਰੇ ਬੰਦੇ ਆਏ ਆ, ਸਪੈਸ਼ਲ ਸਟਾਫ ਵੀ ਆਇਆ। ਕੋਸ਼ਿਸ਼ ਕਰਦੇ ਹਾਂ ਵੀ ਇਹ ਕਿਹੜੇ ਬੰਦਿਆਂ ਦਾ ਕੰਮ ਹੋ ਸਕਦਾ, ਕਾਰਨ ਤੁਹਾਡੇ ਸਾਹਮਣੇ ਹੀ ਹੈ। ਇੱਥੇ ਵੰਡਣ ਜਗ੍ਹਾ ਆ, ਸ਼ਾਮਾਂ ਨੂੰ ਆ ਕੇ ਬੰਦੇ ਦੱਸਦੇ ਆ ਵੀ ਜਿਵੇਂ ਕੋਈ ਇੱਧਰ ਉੱਧਰ ਵਿਹਲਾ ਹੋਇਆ ਇੱਥੇ ਆ ਕੇ ਇਕੱਠੇ ਹੁੰਦੇ ਆ, ਕੋਈ ਆਪਸ 'ਚ ਝਗੜਾ ਕਿਸੇ ਦਾ ਵੀ ਹੋ ਸਕਦਾ ਆ, ਪੰਥਸਲੀ ਵੀ ਕਈ ਕਿਸੇ ਨਾਲ ਕੋਈ ਰਜਿਸਬਾਜੀ ਹੋ ਸਕਦੀ, ਕੋਈ ਇੱਥੇ ਉਹ ਤਾਂ ਹੈ ਨਹੀਂ ਗਾ ਵੀ ਬੜਾ ਸਮਾਨ ਪਿਆ, ਕੋਈ ਚੋਰੀ ਕਿਸੇ ਨੇ ਕਰਨੀ ਜਾਂ ਕੋਈ ਖੋਹ ਕਰਨ ਦੀ ਨੀਤ ਨਾ ਆਇਆ,
ਹੈ ਕੋਈ ਹੋ ਸਕਦਾ ਕਿਤੇ ਕਿਤੇ ਨਸ਼ੇ ਦੇ ਵਿੱਚ ਕਿਸੇ ਨਾਲ ਕੋਈ ਝਗੜਾ ਹੋਇਆ ਜਾਂ ਕਿਸੇ ਨੇ ਆਪਣੀ ਪਲਸ ਲੰਜਿਸ਼ ਕਰਤਰ ਕਿਉਂਕਿ ਬਰੂਟਲੀ ਮਾਰੇ ਬੰਦੇ ਬੁਰੀ ਤਰ੍ਹਾਂ ਉਹਦੇ ਸਿਰ ਦੇ ਅਤੇ ਗਮਲੇ ਮਾਰ ਕੇ ਅਤੇ ਮਾਰਿਆ ਸੋ ਕੋਈ ਨਹੀਂ ਅਸੀਂ ਟਰੇਸ ਕਰ ਰਹੇ।